ਮੈਂ ਤੁਸੀਂ ਦੱਸਿਆ ਕਿ ਲੋਕ ਬਾਹਰੋਂ ਵੀ ਆਉਂਦੇ ਨੇ ਹਨਾ ਤੇ ਉਹ ਮਤਲਬ ਕਿੰਨੇ ਕੁ ਆਰਡਰ ਤੁਹਾਨੂੰ ਆ ਜਾਂਦੇ ਨੇ ਬਾਹਰ ਦੇ ਉਹਨਾਂ ਤੇ ਡਿਪੈਂਡ ਕਰਦਾ ਹੈ ਜਿਵੇਂ ਕਿਸੇ ਨੇ ਆਪਣੇ ਰੈਸਟੋਰੈਂਟ ਚ ਲਾਣੀ ਹੈ ਕਿਸੇ ਨੇ ਕੋਈ 10 ਲੈ ਕੇ ਜਾਣੀ ਹੈ ਕੋਈ ਪੈਕਿੰਗ ਕਰਕੇ ਲੈ ਕੇ ਜਾਂਦਾ ਹੈ ਇਦਾਂ ਕੋਈ ਲਾਈਟ ਵਾਲੀਆਂ ਕੋਈ ਪੈਨ ਡਰਾਈਵ ਵਾਲੀਆਂ ਕੋਈ ਅੱਧਾ ਹੀ ਸੀਨੀਆਂ ਸਾਰੀਆਂ ਮਿਕਸ ਡਿਜ਼ਾਈਨ ਹੁੰਦੇ ਸਾਰੇ ਜਿਵੇਂ ਅਸੀਂ ਦੇਖਦੇ ਹਾਂ ਵੀ ਹੁਣ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ ਤੇ ਟਾਈਮ ਬਦਲ ਰਿਹਾ ਹਨਾ ਤੇ ਲੋਕ ਫਿਰ ਕਿਵੇਂ ਦੀ ਡਿਮਾਂਡ ਕਰਦੇ ਨੇ ਕਿਵੇਂ ਦੀਆਂ ਚੀਜ਼ਾਂ ਦੀ ਕਿ ਐਂ ਦੀ ਫੋਟੋ ਹੋਣੀ ਚਾਹੀਦੀ ਹੈ ਐਵੇਂ ਦਾ ਫਰੇਮ ਹੋਣਾ ਚਾਹੀਦਾ ਹੈ ਜਿਹੜੇ ਸੋਬਰ ਚੀਜ਼ਾਂ ਪਸੰਦ ਕਰਦੇ ਆ ਜੀ ਬਿਲਕੁਲ ਹੈ ਅੱਜ ਕੱਲ੍ਹ ਬਿਲਕੁਲ ਠੀਕ ਹੈ ਜੀ ਤੇ ਇਲੈਕਟ੍ਰੋਨਿਕ ਫੋਟੋਜ਼ ਜਿੱਦਾਂ ਅਸੀਂ ਦੇਖਦੇ ਹਾਂ ਲਾਈਟਾਂ ਜਗਦੀਆਂ ਹੁੰਦੀਆਂ ਨੇ ਵਿੱਚ ਉਹ ਫਿਰ ਤੁਸੀਂ ਕਿਵੇਂ ਤਿਆਰ ਕਰਦੇ ਹੋ ਸਾਡੇ ਮੁੰਡੇ ਲੱਗੇ ਆ ਜੀ ਕਾਰੀਗਰ ਲੱਗੇ ਆ ਆਪਣੇ ਅਸੀਂ ਆਪ ਤਿਆਰ ਕਰਦੇ ਆ ਉਹ ਜਿਹੜੇ ਪੈਨ ਡਰਾਈਵ ਵਗੈਰਾ ਲਗਾ ਕੇ ਉਹਦੇ ਸਾਰੇ ਸ਼ਬਦ ਵਗੈਰਾ ਭਰੇ ਜਾਂਦੇ ਆ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਆ ਉਹਦੇ ਵਿੱਚ ਅੱਛਾ ਤੁਸੀਂ ਦੱਸਿਆ ਕਿ ਤੁਸੀਂ 20 ਸਾਲ ਤੋਂ ਇਸ ਦੁਕਾਨ ਇਹ ਦੁਕਾਨ ਚਲਾ ਰਹੇ ਹੋ ਹਨਾ ਉਸ ਤੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਚਲਾਉਂਦੇ ਸੀ ਹਨਾ ਤੇ ਉਦੋਂ ਤੇ ਹੁਣ ਦੇ ਸਮੇਂ ਵਿੱਚ ਤੁਹਾਨੂੰ ਗਾਹਕੀ ਦੇ ਵਿੱਚ ਕਿੰਨਾ ਫਰਕ ਲੱਗਦਾ ਹੈ ਕਿ ਗਾਹਕ ਇੰਨੇ ਆਉਂਦੇ ਸੀ ਹੁਣ ਇੰਨੇ ਆਉਂਦੇ ਆ ਤੇ ਸਮਾਨ ਦੇ ਵਿੱਚ ਵੀ ਸਾਡੇ ਵਿੱਚ ਬਦਲਾਅ ਆ ਚੁੱਕਿਆ ਹਾਂਜੀ ਪਹਿਲਾਂ ਲੋਕ ਸਿੰਪਲ ਸਮਾਨ ਪਸੰਦ ਕਰਦੇ ਸੀ ਹੁਣ ਕਾਫੀ ਹਾਈ ਕੁਆਲਿਟੀ ਮਤਲਬ ਚੀਜ਼ਾਂ ਅੱਛੀਆਂ ਪਸੰਦ ਕਰਦੇ ਆ ਹੁਣ ਗਾਹਕ ਨੂੰ ਅੱਛੀ ਕੁਆਲਿਟੀ ਵਾਲੀ ਚੀਜ਼ ਮਿਲ ਜੇ ਗਾਹਕ ਅੱਛੀ ਚੀਜ਼ ਲੈਂਦਾ ਪਹਿਲੇ ਇਹ ਚੀਜ਼ਾਂ ਨਹੀਂ ਹੈਗੀਆਂ ਜੀ ਜੋ ਪਹਿਲਾਂ ਆਮ ਸਮੇਂ 'ਚ ਹੁੰਦੀਆਂ ਸਿੰਪਲ ਚੀਜ਼ਾਂ ਹੁੰਦੀਆਂ ਸੀ ਹੁਣ ਕਾਫੀ ਮਾਡਰਨ ਟਾਈਪ ਆ ਗਈ ਅੱਛਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਇਤਿਹਾਸ ਬਾਰੇ ਤੁਸੀਂ ਕੀ ਜਾਣਦੇ ਹੋ ਇਹ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕੀਤੀ ਹੈ ਦਿੱਲੀ 'ਚ ਸ਼ਹੀਦੀ ਪਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ ਸੀ ਅਤੇ ਇੱਥੇ ਇੱਕ ਬੋਰਡ ਦਾ ਦਰਖਤ ਹੁੰਦਾ ਸੀ ਨੀਚੇ ਅਤੇ ਉੱਥੇ ਆ ਕੇ ਉਹ ਬੈਠੇ ਸੀ ਅਤੇ ਉੱਥੇ ਉਹਨਾਂ ਨੇ ਇੱਕ ਵਾਰ ਦਿੱਤਾ ਸੀ ਜਿਹੜਾ ਇੱਥੇ ਇੱਕ ਸਾਲ ਬਾਅਦ ਪੰਚਮੀ 'ਤੇ ਇਸ਼ਨਾਨ ਕਰੇਗਾ ਉਹਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਜਿਹੜਾ ਵੀ ਉਹਦਾ ਸਰੀਰਕ ਦੁੱਖ ਹੈ ਰੋਗ ਹੈ ਸਾਰੇ ਕੱਟੇ ਜਾਣਗੇ ਅੱਛਾ ਅਤੇ ਜਿਹੜਾ ਤੁਸੀਂ ਇੱਥੇ ਧਾਰਮਿਕ ਸਮਾਨ ਜਿਹੜਾ ਵੇਚਦੇ ਹੋ ਹੈ ਨਾ ਇਹ ਤੁਸੀਂ ਕਾਰਨ ਉਹਦਾ ਗੁਰਦੁਆਰਾ ਨਜ਼ਦੀਕ ਹੋਣ ਦਾ ਕਾਰਨ ਹੈ ਜਾਂ ਤੁਸੀਂ ਸੋਚਿਆ ਸੀ ਕਿ ਅਸੀਂ ਧਾਰਮਿਕ ਜਿਹੜੀਆਂ ਚੀਜ਼ਾਂ ਹੀ ਵੇਚਾਂਗੇ ਇਹ ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇੜੇ ਹੋਣ ਕਰਕੇ ਇਸ ਕਰਕੇ ਜ਼ਿਆਦਾਤਰ ਇੱਥੇ ਧਾਰਮਿਕ ਸਥਾਨ ਹੋਣ ਕਰਕੇ ਅਸੀਂ ਰਿਲੇਟਡ ਚੀਜ਼ਾਂ ਵਿਕਦੀਆਂ ਅਤੇ ਉਸ ਲੋਕ ਯਾਤਰੂ ਆਉਂਦੇ ਆ ਉਹ ਫਿਰ ਸਾਡੇ ਕੋਲ ਉਸ ਲਹਿਜੇ ਨਾਲ ਲੈ ਕੇ ਜਾਂਦੇ ਆ ਠੀਕ ਹੈ ਜੀ ਸੋ ਆਓ ਹੁਣ ਦੇਖਦੇ ਹਾਂ ਅਸੀਂ ਕਿ ਇੱਥੇ ਜਿਹੜੀਆਂ ਸਮਾਨ ਬਣਾਇਆ ਜਾਂਦਾ ਉਹ ਕਿਵੇਂ ਬਣਦਾ ਹੈ ਅਤੇ ਉਹਦੇ ਲਈ ਕਾਰੀਗਰ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ Thank you.